ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਅਸਮਾਨ 'ਚੋਂ ਵਰ੍ਹ ਰਹੇ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿਸ ਨੇ ਆਮ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਤਾਂ ਮਜਬੂਰ ਕੀਤਾ ਹੀ ਹੋਇਆ, ਉੱਥੇ ਹੀ ਜਨਜੀਵਨ ਵੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ। ਅਤੇ ਹੁਣ NDRF ਦੀ ਟੀਮਾਂ ਦੇ ਵੱਲੋਂ ਮੋਰਚਾ ਸਾਂਭਿਆ ਗਿਆ ਅਤੇ ਕਈ ਜਿਹੜੇ IAS ਕੋਚਿੰਗ ਸੈਂਟਰ ਨੇ ਉਹਨਾਂ ਦੀਆਂ ਬੇਸਮੈਂਟਾਂ ਦੇ ਵਿੱਚ ਪਾਣੀ ਵੜ ਗਿਆ। ਅਤੇ ਹੁਣ ਤੱਕ ਦੀਆਂ ਜਿਹੜੀ ਖਬਰਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ 3 ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ ਅਤੇ ਕਈ ਵਿਅਕਤੀ ਇਹਨਾਂ ਕੋਚਿੰਗ ਸੈਂਟਰਾਂ ਦੇ ਵਿੱਚ ਫਸੇ ਵੀ ਹੋਏ ਨੇ, ਜਿਨ੍ਹਾਂ ਨੂੰ ਕੱਢਣ ਦੇ ਲਈ NDRF ਦੀ ਟੀਮਾਂ ਦੇ ਵੱਲੋਂ ਰਾਹਤ ਕਾਰਜ ਚਲਾਇਆ ਜਾ ਰਿਹਾ। ਹਾਲਾਂਕਿ ਜੇ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਦੀ, ਤਾਂ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਅਸਮਾਨ 'ਚੋਂ ਗਰਮੀ ਵਰ ਰਹੀ ਸੀ, ਲੂ ਵਰ ਰਹੀ ਸੀ, ਜਿਸਨੇ ਆਮ ਲੋਕਾਂ ਨੂੰ ਤੰਗ ਅਤੇ ਪਰੇਸ਼ਾਨ ਕੀਤਾ ਹੋਇਆ ਸੀ। ਅਤੇ ਰੱਬ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਕਿ ਮੀਂਹ ਪਵੇ, ਪਰ ਮੀਂਹ ਹੁਣ ਇੰਨੀ ਜ਼ੋਰਾਂ ਦੇ ਨਾਲ ਪੈ ਰਿਹਾ ਹੈ ਜਿਸਨੇ ਤਬਾਹੀ ਮਚਾ ਦਿੱਤੀ ਹੈ। ਅਤੇ ਹੁਣ ਆਮ ਥਾਵਾਂ ਦੇ ਉੱਤੇ ਵੀ ਪਾਣੀ ਖੜਨਾ ਸ਼ੁਰੂ ਹੋ ਗਿਆ। ਜੇ ਗੱਲ ਕੀਤੀ ਜਾਵੇ ਇਹਨਾਂ ਕੋਚਿੰਗਾਂ ਸੈਂਟਰਾਂ ਦੀ, ਤਾਂ ਇਹ ਕੋਚਿੰਗ ਸੈਂਟਰ ਕਾਫੀ ਉੱਚੀ ਥਾਂ ਦੇ ਉੱਤੇ ਬਣੇ ਹੋਏ ਸਨ, ਪਰੰਤੂ ਪਾਣੀ ਦਾ ਲੇਵਲ ਜਿਸ ਤਰ੍ਹਾਂ ਮੀਂਹ ਪੈ ਰਿਹਾ ਉਸ ਦੇ ਨਾਲ ਵੱਧ ਰਿਹਾ, ਉਸ ਤੋਂ ਬਾਅਦ ਇਹਨਾਂ ਬੇਸਮੈਂਟਾਂ ਦੇ ਵਿੱਚ ਪਾਣੀ ਵੜਿਆ, ਜਿਸ ਤੋਂ ਬਾਅਦ NDRF ਦੀ ਟੀਮਾਂ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ। ਹਾਲਾਂਕਿ ਜੇ ਪਿਛਲੀ ਵਾਰ ਬਾਰੇ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੀ ਕਈ ਥਾਵਾਂ ਦੇ ਉੱਤੇ ਪਹਿਲਾਂ ਵੀ ਪਾਣੀ ਭਰ ਗਿਆ ਸੀ, ਜਿਸ ਦੇ ਵਿੱਚ ਕਸ਼ਮੀਰੀ ਗੇਟ ਦੀ ਗੱਲ ਕੀਤੀ ਜਾਵੇ, ਲਾਲ ਕਿਲੇ ਦੀ ਗੱਲ ਕੀਤੀ ਜਾਵੇ, ਏਮਸ ਦੀ ਗੱਲ ਕੀਤੀ ਜਾਵੇ, ਤਾਂ ਹਰ ਥਾਂ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਸੀ। ਅਤੇ ਹਰ ਕਿਸੇ ਨੂੰ ਚਿੰਤਾ ਸਤਾਉਣ ਲੱਗ ਗਈ ਸੀ ਕਿ ਅਜੇ ਤਾਂ ਮੌਸਮ ਦੇ ਵਿੱਚ ਤਬਦੀਲੀ ਆਈ ਹੈ, ਪਹਿਲੀ ਬਰਸਾਤ ਹੋਈ ਹੈ ਜਿਸ ਨੇ ਦਿੱਲੀ ਨੂੰ ਤਬਾਹੀ ਦੇ ਵੱਲ ਧੱਕ ਦਿੱਤਾ। ਪਰ ਹੁਣ ਲਗਾਤਾਰ ਜਿਸ ਤਰ੍ਹਾਂ ਮੀਂਹ ਪੈ ਰਿਹਾ ਉਸਨੇ ਕਈ ਜਿਹੜੇ ਕੋਚਿੰਗ ਸੈਂਟਰ ਨੇ ਉਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ, ਜਿਸ ਕਰਕੇ ਜਿਹੜਾ ਇਹ ਪਾਣੀ ਹੈ ਉਹਨਾਂ ਦੀ ਬੇਸਮੈਂਟਾਂ ਤੱਕ ਵੜ ਗਿਆ ਅਤੇ ਹੁਣ ਆਮ ਜਨਜੀਵਨ ਵੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ। ਹਾਲਾਂਕਿ NDRF ਦੀ ਟੀਮਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਰਾਹਤ ਕਾਰਜ ਚਲਾਇਆ ਗਿਆ, ਹਰ ਕਿਸੇ ਨੂੰ ਸੇਫ ਥਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ। ਅਤੇ ਜਿਸ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀ ਆਵੇਗੀ, ਮੀਂਹ ਰੁਕੇਗਾ, ਉਸ ਤੋਂ ਬਾਅਦ ਜਿਹੜਾ ਇਹ ਪਾਣੀ ਹੈ ਉਹ ਵੀ ਕੱਢਿਆ ਜਾ ਸਕਦਾ ਹੈ। ਹਾਲਾਂਕਿ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਆਏ ਦਿਨ ਬਰਸਾਤ ਹੋ ਰਹੀ ਹੈ, ਮੌਨਸੂਨ ਪਾਉਣਾ ਲਗਾਤਾਰ ਐਕਸ਼ਨ ਦੇ ਵਿੱਚ ਨੇ, ਤਾਂ ਦਿੱਲੀ ਦੇ ਵਿੱਚ ਕੀ ਇਹ ਪਾਣੀ ਦੀ ਜਿਹੜੀ ਸਥਿਤੀ ਹੈ ਇਸੇ ਤਰ੍ਹਾਂ ਹੀ ਰਹੇਗੀ ਜਾਂ ਇਸ ਦਾ ਕੋਈ ਹੱਲ ਵੀ ਕੱਢਿਆ ਜਾਵੇਗਾ।